ਉਹ ਸੁਣਾ ਅੱਛੂ, ਕੱਲ ਮੁੜ ਤੁਹਾਡੀ ਬਰਾਦਰੀ ਦਾ ਇਕੱਠ ਜੋੜਾ, ਤੂੰ ਮੁੜ ਵੋਟ ਕਿਹਨੂੰ ਦੇਣਾ ਨੇ? ਕੀ ਫੈਸਲਾ ਹੋਇਆ ਨੇ ਭਾਈਆ? ਵੋਟ ਕਿਹਨੂੰ ਦੇਣਾ ਹੈ ਇਹ ਹਾਲੀ ਫੈਸਲਾ ਨਹੀਂ ਹੋਇਆ, ਬਾਕੀ ਇਹ ਅਸੀਂ ਫੈਸਲਾ ਸਾਰਿਆਂ ਹੀ ਕਰ ਲਿਆ ਵੀ ਜਿਹੜਾ ਜਿੱਤਾ ਮੁਬਾਰਕ ਉਹਨੂੰ ਹੀ ਦੇਣੀ ਹੈ। ਯਜ਼ੀਦ ਨੇ ਜਦ ਹਜ਼ਰਤ ਇਮਾਮ ਹੁਸੈਨ ਅਲੈਹਿ ਸਲਾਮ ਨੂੰ ਕਿਹਾ ਸੀ ਕਿ ਮੇਰੇ ਹੱਥ ਤੇ ਬੈਤ ਕਰੋ, ਹਕੀਕਤ 'ਚ ਉਸਨੇ ਆਪ ਤੋਂ ਵੋਟ ਹੀ ਮੰਗਿਆ ਸੀ ਤੇ ਗਲਤ ਬੰਦੇ ਨੂੰ ਵੋਟ ਨਾ ਦੇਣਾ ਦਰਸੇ ਹੁਸੈਨੀਅਤ ਹੈ। ਉਹ ਬਾਈ ਯਾਰ, ਨਵਾਜ਼ ਸ਼ਰੀਫ ਸਾਰਿਆਂ ਨੂੰ ਕਾਲ ਕਰੀ ਜਾਂਦਾ, ਉਹਦਾ ਤਾਂ ਬੈਲੈਂਸ ਹੀ ਬੜਾ ਸੜ ਗਿਆ ਹੋਣਾ। ਉਹ ਝੱਲਿਆ, ਓਏ ਉਹਦੀ ਸਿਮ ਬੰਦ ਪਈ ਰਹੀ ਆ 4 ਸਾਲ, ਉਹਨੂੰ ਫ੍ਰੀ ਮਿੰਟ ਮਿਲਿਆ। ਮੈਨੂੰ ਕੀ ਹੈ, ਮੈਂ ਤਾਂ ਦੱਸੂਗਾ ਦਰਬਾਰ ਤੇ ਚਾਵਲ ਮੰਡੀ ਜੀ ਜਾਂਦੇ ਨੇ। ਹੈਂ ਉਹ ਬਹੂ ਰਾਮੀ, ਉਹ ਮੇਰੇ ਕੋਲ ਹੈਗਾ ਛਾਪ ਰਹਿਣਾ, ਸੂਰਜ ਸੂਰਜ ਨਿਕਲ ਪਿਆ, ਸੂਰਜ ਭਾਜਾ, ਸੂਰਜ ਨਿਕਲਦਾ ਪਈ। ਪਤਾ ਨੀ ਧੁੰਦ ਨੂੰ ਕਿਆ ਵੈਰ, ਉਹ ਮਗਰ ਲੁਕ ਕੇ ਮੁੜ ਇੱਕ ਵਾਰੀ ਖਲੋ ਜਾ, ਨਿਕਲ ਪੈ ਸੀ ਪਿੱਛੋਂ ਆ ਜਾ। ਉਹ ਵੀਰੇ ਆ ਜਾ, ਓਏ ਆ ਜਾ, ਹਾਏ ਮੇਰੇ ਹੱਥਾਂ ਬੰਨਿਆਂ ਨੂੰ ਵੇਖ ਲਿਓ ਬਾਈ, ਆ ਜਾ। ਹਾਂ ਮੈਂ ਤੇਰੇ ਅੱਗੇ ਹੱਥ ਬੰਨਣਾ, ਜੇ ਗਰਮੀਆਂ 'ਚ ਮੈਂ ਤੈਨੂੰ ਕੋਈ ਮੰਦਾ ਬੋਲਿਆ, ਕੋਈ ਮੇਰੇ ਮੂੰਹ 'ਚੋਂ ਬਾਈ ਗਾਲ ਨਿਕਲੀ ਆ, ਤਾਂ ਹੱਥ ਜੋੜ ਕੇ ਮਾਫ਼ੀ ਮੰਗਣਾ ਤੇਰੇ ਕੋਲ ਵੀਰੇ, ਮਾਫ਼ ਕਰ ਦੇ, ਹੋਰ ਰੱਬ ਦੇ ਨਾਂ 'ਤੇ ਮਾਫ਼ ਕਰ ਦੇ। ਓਏ ਅਸੀਂ ਤਾਂ ਅੱਗੇ ਹੀ ਮਰੇ ਪਏ ਹਾਂ, ਬਿਜਲੀ ਹੈ ਤਾਂ ਉਹ ਨਹੀਂ ਆਉਂਦੀ, ਉਹ ਗੈਸ ਹੈ ਤਾਂ ਉਹ ਨਹੀਂ ਆਉਂਦਾ, ਉਹ ਵੀਰੇ ਮਹਿੰਗਾਈ ਗੋਡੇ ਗੋਡੇ ਚੜੀ ਪਈ ਹੈ। ਉਹ ਵੀਰੇ ਇੱਕ ਤੇਰੇ ਨਾਲ ਆਸਰਾ ਹੈ, ਓਏ ਉਹ ਮਾਫ਼ ਕਰ ਦੇ, ਓਏ ਮਾਫ਼ ਕਰ ਦੇ, ਗਰਮੀਆਂ 'ਚ ਜਿਹੜਾ ਮੂੰਹ 'ਚ ਕੋਈ ਗੰਦਾ ਬੋਲ ਕੱਢਿਆ, ਸਾਨੂੰ ਮਾਫ਼ ਕਰ ਦੇ ਵੀਰੇ, ਆ ਜਾ ਯਾਰ ਆ ਜਾ। ਉਹ ਇੱਕ ਤੇਰਾ ਹੀ ਆਸਰਾ ਸੀ, ਉਹ ਕਿਸੇ ਕੰਧ ਨਾਲ ਲੱਗ ਕੇ ਤੈਨੂੰ ਸੇਕ ਲੈਂਦੇ ਸਨ। ਨੋ 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 ਨੋ, ਚੱਲ ਡਾਕਟਰ ਮਰੀਜ਼ ਨੂੰ ਆਉਂਦਾ ਹੈ, ਤੂੰ ਖਤਰੇ ਤੋਂ ਬਾਹਰ ਆ ਤੇ ਹੁਣ ਕਿਉਂ ਟੈਨਸ਼ਨ ਲਈ ਖਲੋਤਾ? ਮਰੀਜ਼ ਅੱਗੋਂ ਆਉਂਦਾ ਹੈ, ਜੇ ਇਸ ਟਰੱਕ ਮੈਨੂੰ ਸਾਈਡ ਮਾਰੀ ਆਈ, ਉਹਦੇ ਪਿੱਛੇ ਲਿਖਿਆ ਹੋਇਆ ਹਾ, ਜ਼ਿੰਦਗੀ ਰਹੀ ਤਾਂ ਫੇਰ ਮਿਲਾਂਗੇ।